ਅੱਜ ਤਾਂ ਮੱਲੋ ਸਾਰੋਕ ਕੇ ਬਹਿ ਜੋ ਜਮੈਂ ਚੀਜ਼ ਤੁਹਾਨੂੰ ਇਹ ਜੀ ਦਿਖਾਉਣੀ ਆ ਬਈ ਅੱਖਾਂ ਮੋਬਾਈਲ ਦੇ ਵਿੱਚ ਲੱਗੀਆਂ ਹੀ ਰਹਿ ਜਾਣਗੀਆਂ ਜਿੰਨਾ ਚਿਰ ਇਹ ਘੋੜਾ ਨਾ ਦਿਸਣੋਂ ਫਟਿਆ ਤੇ ਦੂਜੀ ਗੱਲ ਲਾਂਬਾ ਤੁਸੀਂ ਮੈਨੂੰ ਗੋਡੇ ਜਟਾ ਦੇ ਦੇਣਾ ਬਈ ਵੀਡੀਓ ਛੋਟੀ ਕਿਉਂ ਬਣਾਈ ਵੀਡੀਓ ਛੋਟੀ ਛਾਟ ਹੀ ਨਹੀਂ ਇਹ ਤਾਂ ਟ੍ਰੇਲਰ ਆ ਉਮ ਮਾਤਾ ਮਾਂ ਤੇਉ ਪੁੱਤੋ ਜਿਹੜਾ ਸੀਨ ਚੱਕਾਂ ਉਹੋ ਹੀ ਆਏ ਲੱਗੇ ਵੀ ਇਹਦੇ ਚੋਂ ਕੱਟਾਂ ਕੀ ਤੇ ਇਹਦੇ ਚੋਂ ਰੱਖਾਂ ਕੀ ਐਡਾ ਕਹਿੜਾ ਕੰਮ ਦੂਜਾ ਯਾਰ ਸਾਡਾ ਪ੍ਰੀਤ ਅੱਜ ਲੰਪਰਤਾਰ ਬਣਿਆ ਵਾ ਸੀ ਤੇ ਅਸੀਂ ਅੱਜ ਬਈ ਪ੍ਰੀਤ ਦੇ ਕੈਮਰਾਮੈਨ ਸੀਗੇ ਅੱਜ ਬਈ ਕੈਮਰਾਮੈਨ ਨਹੀਂ ਮੇਰੀ ਚੱਲੀ ਆ ਇਸ ਕਰਕੇ ਗਲਤੀ ਫਲਤੀ ਹੋ ਗਈ ਹੋਈ ਉਹ ਮਾਫ ਕਰ ਦਿਓ ਪਰ ਘੋੜੇ 'ਚ ਕਮੀ ਕੋਈ ਨਹੀਂ ਸੀ ਠੀਕ ਆ ਨਾ ਹੁਣ ਤੁਸੀਂ ਕਹੋਗੇ ਕਿ ਇਹ ਫਿਰਦੇ ਕਿੱਥੇ ਆ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਅੱਜ ਤੋਂ 15-20 ਸਾਲ ਪਹਿਲਾਂ ਨਾ ਇਹ ਧਰਤੀ ਨੂੰ ਲੋਕ ਟਿੱਬਿਆਂ ਦੀ ਧਰਤੀ ਕਹਿੰਦੇ ਹੁੰਦੇ ਸੀ ਰੇਤਿਆਂ ਵਾਲੇ ਪਿੰਡ ਹੁੰਦੇ ਸੀਗੇ ਇਹ ਫਰੋਜਪੁਰ ਦੇ ਬਿਲਕੁਲ ਲਾਗੇ ਪਿੰਡਾ ਮਾਨਾ ਸਿੰਘ ਵਾਲਾ ਮਾਣੇ ਵਾਲਾ ਕਹਿ ਦਿੰਦੇ ਆ ਪਿਆਰ ਨਾ ਮਾਨਾ ਸਿੰਘ ਵਾਲਾ ਪਿੰਡ ਐ ਫਰੋਜਪੁਰ ਦੇ ਜਮਾ ਹੀ ਲੱਗੇ ਆ ਤੇ ਸਾਡੀ ਰਿਸ਼ਤੇਦਾਰੀ ਆ ਅਸਲ ਦੇ ਵਿੱਚ ਇਹ ਘੋੜਾ ਸਾਡੀ ਰਿਸ਼ਤੇਦਾਰੀ ਚੋਂ ਆ ਪਰ ਬਈ ਰਿਸ਼ਤੇਦਾਰੀ ਗੱਲ ਅਲੱਗਾ ਤੇ ਸੁੰਦਰਤਾ ਸਹੱਪਣ ਗੱਲ ਅਲੱਗਾ ਬਈ ਮੈਂ ਰਿਸ਼ਤੇਦਾਰੀ ਨਾਲ ਵੀਡੀਓ ਬਣਾਉਣ ਜ਼ਰੂਰ ਜਾ ਸਕਦਾ ਪਰ ਯਾਰ ਘੋੜਾ ਤਾਂ ਸੋਹਣਾ ਉਹ ਤਾਂ ਵੈਗਰੂ ਨੇ ਕੀਤਾ ਨਾ ਉਹ ਤਾਂ ਫਿਰ ਮੇਰੇ ਬਸੋਂ ਬਾਹਰ ਆਉ ਤਾਂ ਜਿਹੜੀ ਚੀਜ਼ ਹੈ ਉਹੀ ਦਿਸਣੀ ਆ ਨਾ ਇਹ ਘੋੜਾ ਏ ਮਾਨਾ ਸਿੰਘ ਵਾਲੇ ਪਿੰਡ ਦੇ ਵਿੱਚ ਸੋਖ ਮੁੰਡੇ ਦਾ ਪਹਿਲਾਂ ਇਹ ਮੁੰਡਾ ਭਾਈ ਕਬੂਤਰ ਰੱਖਦਾ ਸੀ ਕਬੂਤਰਾਂ ਦਾ ਸ਼ੌਂਕ ਆ ਇਹਨੂੰ ਪੁਰਾਣਾ ਬਾਜ਼ੀਆਂ ਪੂਜੀਆਂ ਬਹੁਤ ਜੱਦ ਦੇ ਆ ਜਾਨੀ ਦਾ ਬਹੁਤ ਕਹਿੜਾ ਕੰਮ ਆ ਕਬੂਤਰਾਂ ਦੇ ਵਿੱਚ ਇਹਨਾਂ ਦਾ ਤੇ ਘੋੜਿਆਂ ਦੇ ਵਿੱਚ ਆਇਆ ਨਵਾਂ ਨਵਾਂ ਆ ਘੋੜਾ ਇਹਨੇ ਲਿਆ ਮੁੰਡੇ ਨੇ ਬਸ ਤੁਸੀਂ ਐਂ ਕਹਿ ਲੋ 6-7 ਮਹੀਨੇ ਹੋਏ ਹਜੇ ਖਰੀਦੇ ਨੂੰ ਠੀਕ ਆ ਪਰ ਘੋੜਾ ਬੜਾ ਪਿਆਰਾ ਬੜਾ ਲੱਛਣ ਬੜੇ ਚੰਗੇ ਆ ਸੁਨੱਖਾ ਬੜਾ ਤੁਹਾਨੂੰ ਇਹਦੀ ਸਿਆਣਪ ਦੀ ਗੱਲ ਵੀ ਅਗਲੀ ਵੀਡੀਓ 'ਚ ਦੱਸੂਗਾ ਵੀ ਜਿੰਨਾ ਸੁਨੱਖਾ ਉਨਾ ਹੀ ਸਿਆਣਾ ਆ ਇਹ ਸਿਆਣਪ ਦੀ ਗੱਲ ਤੁਹਾਨੂੰ ਅਗਲੀ ਵੀਡੀਓ 'ਚ ਦੱਸੂ ਇਹਦੀ 'ਚ ਇੱਕ ਤੋਂ ਗੁਣ ਹੈਗੇ ਆ ਬੱਚਿਆਂ ਦੇ ਨਾਲ ਨਿਆਣੇ ਬੱਚਿਆਂ ਦੇ ਨਾਲ ਬੜਾ ਖੇਡਦਾ ਇਹ ਬੜਾ ਪਿਆਰ ਕਰਦਾ ਨਿਆਣੇ ਬੱਚਿਆਂ ਨੂੰ ਪਰ ਅੱਜ ਗੱਲ ਆਪਾਂ ਸੁੰਦਰਤਾ ਦੀ ਕਰਦੇ ਆਂ ਸੋਹਣਾਪਣ ਦਿਸੀ ਜਾਂਦਾ ਪਰ ਹੁਣ ਮੈਂ ਨਾ ਖਾਨਦਾਨ ਦੱਸ ਦਿੰਦਾ ਇਹ ਘੋੜੇ ਦਾ ਖਾਨਦਾਨ ਕੀ ਹੈ ਇਹ ਘੋੜਾ ਭਾਈ ਹੈਗਾ ਲੰਮੇ ਜੱਟਪੁਰਿਆਂ ਵਾਲੇ ਸੱਗੂ ਘੋੜੇ ਦਾ ਪੁੱਤ ਤੇ ਮਾਂ ਵਾਲੇ ਪਾਸਿਓਂ ਇਦੀ ਮਾਂ ਹੈਗੀ ਆ ਅਬੋਰ ਵਾਲੇ ਘੋੜੇ ਦੀ ਧੀ ਠੀਕ ਆ ਜੀ ਇਹ ਘੋੜਾ ਤਕਰੀਬਨ 3.4 ਸਾਲਾਂ ਦਾ ਇਹ ਹੁਣ ਹੋ ਗਿਆ ਪੂਰਾ ਜਵਾਨ ਹੋ ਗਿਆ ਜਿੰਨਾ ਕੱਦ ਕਾਠ ਕਰਨਾ ਸੀ ਉਹਨਾਂ ਕਰ ਗਿਆ ਤੇ ਕੱਦ ਵੀ ਇਹਦਾ ਹੈਗਾ 65 ਇੰਚ ਤੇ ਸਭ ਤੋਂ ਕਮਾਲ ਦੀ ਗੱਲ ਇਹ ਆ ਭਾਈ ਵੀ ਇਹਦੇ ਬੱਚੇ ਬੜੇ ਸੁਨੱਖੇ ਆ ਰਹੇ ਆ ਇਹਦੇ ਜਿੰਨੇ ਬੱਚੇ ਹੁਣ ਆਏ ਆ ਨਾ ਬਹੁਤ ਕਮਾਲ ਦੇ ਆਏ ਆ ਤੇ ਇਹਦਾ ਨਾਂ ਪਾਈ ਮਾਨਾ ਸਿੰਘ ਵਾਲੇ ਵਾਲੇ ਸੁਖੇ ਨੇ ਰੱਖਤਾ ਏ ਹਿਟਲਰ ਇਹਦਾ ਨਾਂ ਹਿਟਲਰ ਆ ਘੋੜੇ ਦਾ ਯਾਦ ਰੱਖ ਲੋ ਘੋੜੇ ਦੀ ਹਾਈਟ ਆ ਭਾਈ 65 ਇੰਚ ਤੇ ਘੋੜਾ ਹੈਗਾ ਸੱਗੂ ਘੋੜੇ ਦਾ ਪੋਤਾ ਸਨੱਖਾ ਤੁਹਾਨੂੰ ਦিসি ਜਾਂਦਾ ਪੁਰਵਲਪਰ ਇਰਗੇ ਦੇ ਵਿੱਚ ਇੱਕ ਘੋੜਾ ਜਿਹਨੂੰ ਚਾਹੀਦਾ ਹੋਇਆ ਬੇਫਿਕਰ ਹੋ ਕੇ ਤੁਸੀਂ ਸੁੱਖ ਨੂੰ ਫੋਨ ਲਾ ਲੈਣਾ ਘੋੜੀ ਮੇਟ ਕਰਾਉਣ ਵਾਸਤੇ ਕੋਈ ਗੱਲ ਨਹੀਂ ਆਏ ਨਹੀਂ ਗੱਲ ਬੰਦਾ ਫੀਸਾਂ ਦਾ ਲਾਲਚੀ ਨਹੀਂਗਾ ਯਾਰਾਂ ਦਾ ਯਾਰ ਆ ਕਬੂਤਰਾਂ ਵਾਲਿਆਂ ਨੂੰ ਤੁਸੀਂ ਸਾਰਿਆਂ ਨੂੰ ਜਾਣਦੇ ਆ ਜਿਹੜੇ ਕਬੂਤਰਾਂ ਵਾਲੇ ਹੁੰਦੇ ਆ ਉਹ ਯਾਰਾਂ ਦੇ ਯਾਰ ਬੰਦੇ ਹੁੰਦੇ ਆ ਉਹਨਾਂ ਨੇ ਦੁਨੀਆ ਵੇਖੀ ਹੁੰਦੀ ਆ ਠੇਡੇ ਖਾਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਬੰਦਿਆਂ ਦੇ ਨਾਲ ਕਿਵੇਂ ਮਿਲੀਦਾ ਆ ਆਏ ਭਾਈ ਸੁਖ ਮੁੰਡਾ ਜਿਹੜਾ ਘੋੜੇ ਦੇ ਉੱਤੇ ਬੈਠਾ ਕਬੂਤਰਾਂ ਵਾਲਿਆਂ ਦੇ ਤਾਂ ਐਨ ਕੜਾਂਕ ਦੇ ਨੇ ਬੱਜਿਆ ਹੋਊਗਾ ਚਿਹਰਾ ਮੂਹਰੇ ਜਿਵੇਂ ਕਬੂਤਰਾਂ ਵਾਲੇ ਖੁੱਡੇ ਤੇ ਆ ਕੇ ਲਗੜ ਡਿੱਗਦਾ ਹੁੰਦਾ ਓਵੇਂ ਓਵੇਂ ਦਿਸ ਗਿਆ ਹੋਊ ਉਹਨਾਂ ਤਾਂ ਮੂਹਰੇ ਆ ਖੜਿਆ ਹੋਊਗਾ ਵੀ ਆਹ ਭਾਈ ਬਾਜ਼ੀਆਂ ਤੇ ਮਿਲਦੇ ਹੁੰਨੇ ਆ ਮੁੰਡੇ ਨੂੰ ਇਹ ਤਾਂ ਭਾਈ ਘੋੜੇ ਤੇ ਬੈਠਾ ਫਿਰਦਾ ਇਹ ਆ ਮੁੰਡਾ ਮਾਨਾ ਸਿੰਘ ਵਾਲੇ ਵਾਲਾ ਸੁੱਖ ਮੈਂ ਕਹਾਂ ਵੀ ਹੋਰ ਨਾ ਯਾਰ ਬੰਦੇ ਤਰਾਜ ਕਰ ਜਾਣ ਅਗਲਾਂ ਦਾ ਯਾਰ ਜਿਹਨੇ ਐਡਾ ਘੋੜਾ ਪਾਲਿਆ ਉਹ ਬੰਦਾ ਨਹੀਂ ਦਿਖਾਇਆ ਤੇ ਆ ਆਪਦੀਆਂ ਇਹ ਗੱਲਾਂ ਕਰਕੇ ਤੇ ਵੀਡੀਓ ਮੁਕਾਤੀ ਠੀਕ ਆ ਨਾ ਆ ਭਾਈ ਨੋਟ ਕਰ ਲੋ ਆ ਮੁੰਡਾ ਮਾਨਾ ਸਿੰਘ ਵਾਲੇ ਵਾਲਾ ਸੁੱਖ ਫੋਨ ਨੰਬਰ ਤੁਹਾਨੂੰ ਉੱਪਰਲੇ ਪਾਸੇ ਸਕਰੀਨ ਦੇ ਦਿਸਦਾ ਜੇ ਕਿਸੇ ਵੀ ਬੰਦੇ ਨੇ ਘੋੜੀ ਮੇਟ ਕਰਾਉਣੀ ਹੋਵੇ ਬੇਫਿਕਰ ਹੋ ਕੇ ਫੋਨ ਕਰ ਲਿਓ ਮੁੰਡਾ ਰੈਸਲਾ ਵੀ ਤੁਹਾਨੂੰ ਚੰਗੀ ਦੇਊਗਾ ਤੁਸੀਂ ਜਾਨਵਰ ਬਾਰੇ ਕੋਈ ਰੈਸਲਾ ਲੈਣੀ ਆ ਕੋਈ ਉਦਾਂ ਗੱਲਬਾਤ ਕਰਨੀ ਆ ਕੋਈ ਮੰਡੀ ਬਾਰੇ ਪੁੱਛਣਾ ਕੋਈ ਮੇਲੇ ਬਾਰੇ ਪੁੱਛਣਾ ਕੋਈ ਕਬੂਤਰਾਂ ਦੀ ਬਾਜੀ ਬਾਰੇ ਵੀ ਪੁੱਛਣਾ ਉਹ ਵੀ ਤੁਹਾਨੂੰ ਰੈਸਲਾ ਦੇ ਦੂਗਾ ਠੀਕ ਆ ਜੀ ਤੇ ਆ ਭਾਈ ਜਿਹੜਾ ਮਗਰਲੇ ਪਾਸੇ ਜਿਹੜੀ ਲੋਕੇਸ਼ਨ ਤੁਹਾਨੂੰ ਦਿਸਦੀ ਆ ਇਹ ਲੋਕੇਸ਼ਨ ਮਾਨਾ ਸਿੰਘ ਵਾਲੇ ਵਿੱਚ ਹੀ ਬਣੀ ਵੀ ਆ ਜੇ ਕਿਸੇ ਵੀ ਸੱਜਣ ਨੂੰ ਇਹ ਲੋਕੇਸ਼ਨ ਫਿੱਟ ਆ ਗਈ ਹੋਈ ਵੀ ਯਾਰ ਫੋਟੋ ਫੂਟੋ ਖਿੱਚਣ ਨੂੰ ਬੜੀ ਚੰਗੀ ਲੋਕੇਸ਼ਨ ਆ ਤੇ ਉਹ ਭਾਈ ਸੁਖੇ ਤੋਂ ਫੋਨ ਨੰਬਰ ਇਹਨਾਂ ਲੋਕੇਸ਼ਨ ਵਾਲਿਆਂ ਦਾ ਵੀ ਲੈ ਲਿਓ ਠੀਕ ਆ ਬੜਾ ਸੋਹਣਾ ਜਗਾੜ ਬਣਿਆ ਵਾ ਲੋਕੇਸ਼ਨ ਦੇ ਵਿੱਚ ਕਲਾੜਾ ਬਣਿਆ ਹੋਇਆ ਮਸ਼ੀਨ ਪੱਠੇ ਕੋਤਰਨ ਵਾਲੀ ਕਿਧਰੇ ਲੱਗੀ ਆ ਬਹੁਤ ਚੰਗਾ ਜਿਹੜੇ ਆਪਣੇ ਕਲਚਰ ਦੀਆਂ ਚੀਜ਼ਾਂ alop ਹੋ ਗਈਆਂ ਨਾ ਉਹ ਬੜੇ ਢੰਗ ਨਾਲ ਸਜਾ ਕੇ ਲਾਈਆਂ ਹੋਈਆਂ ਤੇ ਇਹਨਾਂ ਦਾ ਵੀ ਨੰਬਰ ਲੈ ਲਓ ਤੇ ਘੋੜਾ ਕਿਵੇਂ ਲੱਗਿਆ ਬਾਈ ਬਣ ਕੇ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਹੀ ਦੱਸਣਾ ਤੁਹਾਡੀ ਜ਼ਿੰਮੇਵਾਰੀ ਹੈ